ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਜੀ ਦਾ ਧੰਨ ਗੁਰੂ ਅਰਜਨ ਦੇਵ ਪਿਤਾ ਦਾ ਪ੍ਰਕਾਸ਼ ਹੁੰਦਾ ਹੈ। ਨਾਨਾ ਧੰਨ ਗੁਰੂ ਅਮਰਦਾਸ ਪਿਤਾ ਜੀ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ, ਸਤਿਗੁਰੂ ਜੀ ਜਦੋਂ ਗੁਰੂ ਅਰਜਨ ਦੇਵ ਪਿਤਾ ਦਾ ਪ੍ਰਕਾਸ਼ ਹੁੰਦਾ ਹੈ ਬਹੁਤ ਹੀ ਅਸੀਸਾਂ ਦਿੰਦੇ ਨੇ। ਇਤਿਹਾਸ ਲਿਖਿਆ ਲਗਭਗ 11 ਕੁ ਸਾਲ ਗੁਰੂ ਅਰਜਨ ਦੇਵ ਪਿਤਾ ਜੀ ਦਾ ਬਚਪਨ, 11 ਕੁ ਸਾਲ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਪਿਤਾ ਜੀ ਗੋਦ ਵਿੱਚ ਬੀਤੀਤ ਹੋਇਆ। ਸਮੇਂ ਸਮੇਂ ਦੇ ਸਿਰ ਸਤਿਗੁਰੂ ਜੀ ਨੇ, ਗੁਰੂ ਅਮਰਦਾਸ ਪਿਤਾ ਜੀ ਨੇ ਆਪਣੇ ਦੋਹਤੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ ਜੀ। ਬਚਪਨ ਦੀ ਉਮਰ ਹੈ, ਖੇਡਦਿਆਂ ਖੇਡਦਿਆਂ ਇੱਕ ਦਿਨ ਗੁਰੂ ਅਮਰਦਾਸ ਪਿਤਾ ਜੀ ਦੀ ਮੰਜੀ ਨੂੰ ਹੱਥ ਪਾ ਲਿਆ ਜਾ ਕੇ, ਤੇ ਗੁਰੂ ਅਮਰਦਾਸ ਜੀ ਆਖਣ ਲੱਗੇ, ਇਹ ਕਿਹੜਾ ਪੁਰਖ ਹੈ ਭਾਰੀ ਜਿਹਨੇ ਮੰਜੀ ਹਿਲਾਈ ਸਾਡੀ ਸਾਰੀ। ਕੋਲ ਬੀਬੀ ਭਾਨੀ ਜੀ ਸਨ, ਆਖਣ ਲੱਗੇ, ਸਤਿਗੁਰੂ ਜੀ ਤੁਹਾਡਾ ਦੋਹਤਾ ਹੈ ਦੋਹਤਾ, ਜਦੋਂ ਆਖਿਆ ਸਤਿਗੁਰੂ ਜੀ ਤੁਹਾਡਾ ਦੋਹਤਾ ਹੈ ਦੋਹਤਾ, ਗੁਰੂ ਅਮਰਦਾਸ ਜੀ ਆਖਣ ਲੱਗੇ, ਭਾਨੀਏ ਇਹ ਦੋਹਤਾ ਬਾਣੀ ਕਾ ਬੋਹਤਾ, ਵਰ ਦੇ ਦਿੱਤਾ ਸਹਿ ਸੁਭਾਈ ਵਰ ਦੇ ਦਿੱਤਾ। ਜੇ ਗੁਰੂ ਅਮਰਦਾਸ ਪਿਤਾ ਜੀ ਪ੍ਰਸ਼ਾਦਾ ਛਕ ਰਹੇ ਨੇ, ਰਿੜਦਿਆਂ ਰਿੜਦਿਆਂ ਜਾ ਕੇ ਉਹ ਥਾਲ ਨੂੰ ਹੱਥ ਪਾ ਲਿਆ, ਉਦੋਂ ਵੀ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਉੱਠਿਆ ਦਾ ਥਾਲ ਦੇ ਮਾਲਕਾ, ਸਹਿਜੇ ਹੀ ਬਖਸ਼ਿਸ਼ ਕਰ ਦਿੱਤੀ। ਜੇ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਬਚਪਨ ਦੀ ਉਮਰ ਹੈ, ਖੇਡਦਿਆਂ ਖੇਡਦਿਆਂ ਕਹਿੰਦੇ ਗੁਰੂ ਅਮਰਦਾਸ ਪਿਤਾ ਜੀ ਦੇ ਆਸਣ ਤੇ ਬੈਠ ਗਏ, ਬਚਪਨ ਦੀ ਉਮਰ ਖੇਡਦਿਆਂ ਖੇਡਦਿਆਂ ਗੁਰੂ ਅਮਰਦਾਸ ਪਿਤਾ ਜੀ ਦੇ ਆਸਣ ਤੇ ਬੈਠ ਗਏ, ਤੇ ਗੁਰੂ ਅਮਰਦਾਸ ਜੀ ਆਖਣ ਲੱਗੇ, ਅਜੇ ਸਮਾਂ ਨਹੀਂ ਆਇਆ, ਸਮਾਂ ਆਵੇਗਾ ਇਸ ਆਸਣ ਦਾ ਮਾਲਕ ਤੂੰ ਹੀ ਬਣਨਾ, ਅਜੇ ਸਮਾਂ ਨਹੀਂ ਆਇਆ। ਵੇਖੋ ਉਦੋਂ ਹੀ ਸਹਿਜੇ ਬਖਸ਼ਿਸ਼ ਕਰ ਦਿੱਤੀ, ਬਹੁਤ ਬਖਸ਼ਿਸ਼ਾਂ ਕੀਤੀਆਂ। ਫਿਰ ਸਮਾਂ ਆਇਆ, ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਬੜੇ ਦਿਆਲੂ ਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਬਹੁਤ ਦਿਆਲੂ ਨੇ, ਦਿਆਲੂ ਐਡੇ ਨੇ। ਤਰਨ ਤਾਰਨ ਸਾਹਿਬ ਵੇਖੋ ਹੈ, ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਨੇ, ਦਿਆਲਤਾ ਵੇਖਿਓ ਤੇ ਨਿਮਰਤਾ ਵੇਖਿਓ, ਕਦੀ ਸਤਿਗੁਰ ਨੇ ਲੈਵਲ ਨਹੀਂ ਲਿਆ ਗੁਰਮੁਖੋ ਭਾਗਾਂ ਵਾਲਿਓ, ਕਦੀ ਇਹ ਨਹੀਂ ਆਖਿਆ ਕਿ ਮੈਂ ਗੁਰੂ ਨਾਨਕ ਜੀ ਦੇ ਘਰ ਦਾ ਮਾਲਕ ਹਾਂ, ਮੈਂ ਇਹ ਸੇਵਾ ਨਹੀਂ ਕਰਨੀ। ਕਦੀ ਇਤਿਹਾਸ ਕਰੋ, ਤਰਨ ਤਾਰਨ ਸਾਹਿਬ ਸ੍ਰੀ ਆਸਥਾ ਜੀ ਦੀ ਵਾਰ ਦਾ ਕੀਰਤਨ ਦਾ ਭੋਗ ਪੈਂਦਾ ਹੈ, ਕੋਈ ਸਮਾਂ
ਸੰਗਤਾਂ ਦੇ ਨਾਲ ਵਿਚਾਰਾਂ ਹੁੰਦੀਆਂ ਨੇ। ਉਸ ਤੋਂ ਬਾਅਦ 9-10 ਵੱਜਦੇ ਨੇ ਸਵੇਰ ਦੇ, ਤੇ ਗੁਰੂ ਅਰਜਨ ਦੇ ਪਿਤਾ ਜੀ ਇੱਕ ਟਰੇ ਫੜਦੇ, ਹੱਥ 'ਚ ਵੱਡੀ ਜਿਹੀ ਟਰੇ ਫੜ ਲੈਂਦੇ ਨੇ। ਉਹ ਟਰੇ ਦੇ ਵਿੱਚ ਕੋਈ ਮਠਿਆਈ ਨਹੀਂ ਪਈ, ਕੋਈ ਫਲ ਫਰੂਟ ਨਹੀਂ ਉਹ ਟਰੇ ਦੇ ਵਿੱਚ। ਉਹ ਟਰੇ ਦੇ ਵਿੱਚ ਕੀ ਹੈ ਜੀ? ਮਲਮ ਤੇ ਪੱਟੀਆਂ। ਉਹ ਮਲਮ ਤੇ ਪੱਟੀਆਂ ਵਾਲੀ ਟਰੇ ਕਿੱਥੇ ਲੈ ਕੇ ਜਾਂਦੇ ਨੇ ਜੀ? ਤਰਨ ਤਾਰਨ ਕੋਰਖਾਨੇ। ਗੁਰੂ ਅਰਜਨ ਦੇਵ ਪਿਤਾ ਜੀ ਵੇਖੋ ਹੈ ਸ੍ਰਿਸ਼ਟੀ ਦੇ ਮਾਲਕ ਨੇ, ਆਪ ਕੋੜੀਆਂ ਦੇ ਜ਼ਖਮ ਵੀ ਸਾਫ਼ ਕਰਦੇ ਨੇ, ਕੋੜੀਆਂ ਨੂੰ ਮਲਮ ਪੱਟੀ ਵੀ ਕਰਦੇ ਨੇ ਆਪ, ਉਹਨਾਂ ਨੂੰ ਨਾਮ ਦੇ ਨਾਲ ਵੀ ਜੋੜਦੇ ਨੇ। ਸਾਰੀ ਜ਼ਿੰਦਗੀ ਧੰਨ ਗੁਰੂ ਅਰਜਨ ਦੇਵ ਪਿਤਾ ਨੇ ਕਦੀ ਲੈਵਲ ਨਹੀਂ ਲਿਆ, ਐਡੀ ਨਿਮਰਤਾ। ਜੇ ਲਾਹੌਰ ਕਾਲ ਪੈ ਜਾਂਦਾ ਹੈ ਜੀ, ਲਾਹੌਰ ਦੇ ਲੋਕ ਲਾਹੌਰ ਨੂੰ ਛੱਡ ਕੇ ਹੋਰ ਇਲਾਕਿਆਂ 'ਚ ਜਾ ਰਹੇ ਨੇ। ਧੰਨ ਗੁਰੂ ਅਰਜਨ ਦੇਵ ਪਿਤਾ ਜੀ ਸ੍ਰਿਸ਼ਟੀ ਦੇ ਮਾਲਕ ਨੇ, ਇਹ ਨਹੀਂ ਇਕੱਲੇ ਸਿੱਖਾਂ ਨੂੰ ਭੇਜਤਾ ਜਾ ਕੇ ਜਾਓ ਲਾਹੌਰ ਜਾਓ ਜਾ ਕੇ ਸੇਵਾ ਕਰੋ, ਨਹੀਂ, ਆਪ ਗੁਰੂ ਅਰਜਨ ਦੇਵ ਪਿਤਾ ਜੀ ਲਾਹੌਰ ਗਏ ਨੇ ਤੇ ਵੱਖ ਵੱਖ ਇਲਾਕਿਆਂ 'ਚ ਸੰਗਤਾਂ ਨੂੰ ਚਿੱਠੀਆਂ ਲਿਖ ਦਿੱਤੀਆਂ, ਸੁਨੇਹ ਭੇਜ ਦਿੱਤੇ ਵੀ ਸੰਗਤ ਜੀ ਜਿਹੜਾ ਦਸਵੰਧ ਤੁਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਲੈ ਕੇ ਆਉਂਦੇ ਸੀ ਨਾ, ਹੁਣ ਲਾਹੌਰ ਲੈ ਕੇ ਆਓ, ਉੱਥੇ ਲੋੜ ਹੈ। ਸਤਿਗੁਰੂ ਜੀ ਲਾਹੌਰ ਪਹੁੰਚਦੇ ਨੇ, ਉੱਥੇ ਆਪ ਜਾ ਕੇ ਰੋਗੀਆਂ ਦੀ ਸੇਵਾ ਕਰਦੇ ਨੇ। ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਧਰਮ ਮੁਤਾਬਕ ਉਹਨਾਂ ਦਾ ਅਖੀਲਾ ਸਮਾਂ ਸੰਭਾਲਦੇ ਨੇ, ਮੁਸਲਮਾਨਾਂ ਨੂੰ ਦਫਨਾਉਂਦੇ ਨੇ, ਹਿੰਦੂਆਂ ਦਾ ਸੰਸਕਾਰ ਕਰਦੇ ਨੇ। ਅਕਬਰ ਨੇ ਵੀ ਸਮੇਂ ਦੇ ਬਾਦਸ਼ਾਹ ਨੇ ਹੱਥ ਖੜੇ ਕਰ ਲਏ ਸਨ ਕਿ ਮੈਂ ਕੀ ਕਰਾਂ, ਹੁਣ ਕਾਲ ਪੈ ਗਿਆ, ਬੜੀ ਭਿਆਨਕ ਬਿਮਾਰੀ ਇੱਥੇ ਲੱਗ ਗਈ ਹੈ, ਮੈਂ ਕੀ ਕਰਾਂ। ਅਕਬਰ ਦੇ ਹੱਥ ਖੜੇ ਹੋ ਗਏ, ਪਰ ਗੁਰੂ ਅਰਜਨ ਦੇਵ ਪਿਤਾ ਜੀ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖੋ ਆਪ ਜਾ ਕੇ ਰੋਗੀਆਂ ਦੀ ਸੇਵਾ ਵੀ ਕੀਤੀ, ਦਵਾ ਦਾਰੂ ਵੀ ਦਿੱਤੀ ਉਹਨਾਂ ਨੂੰ, ਉਹਨਾਂ ਨੂੰ ਨਾਮ ਦੇ ਨਾਲ ਵੀ ਜੋੜਿਆ। ਜੇ ਪਾਣੀ ਦੀ ਉੱਥੇ ਘਾਟ ਸੀ ਸਤਸੰਗੀ, ਉਹ ਖੂਹ ਵੀ ਲਗਵਾਈ ਉੱਥੇ। ਸ਼ਾਮ ਨੂੰ ਸਤਸੰਗ ਹੋਣਾ ਕਿ ਅੰਦਰ ਅੰਦਰ ਵੀ ਠੰਡ ਪਵੇ ਇਹਨਾਂ ਦੇ, ਦੁਖੀਆਂ ਦੇ ਦੁਖਰੇ ਵੀ ਦੂਰ ਕੀਤੇ ਸਤਿਗੁਰ ਜੀ ਨੇ, ਰੋਗੀਆਂ ਨੂੰ ਦਵਾ ਦਾਰੂ ਵੀ ਦੇ ਰਹੇ ਨੇ, ਖੂਹ ਵੀ ਲਗਵਾ ਦਿੱਤੇ, ਲੰਗਰ ਵੀ ਚਲਾ ਦਿੱਤੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੇ। ਤਾਂ ਪੁਰਤਗਾਲ ਤੋਂ ਗੁਰਮੁਖੋ ਕੋਈ ਧਰਮ ਹੈ, ਬੜਾ ਵੱਡਾ ਧਰਮ ਉਸ ਵੇਲੇ, ਉਹਨਾਂ ਨੇ ਆਪਣੇ ਅਹਿਲਕਾਰਾਂ ਨੂੰ ਭੇਜਿਆ ਵੀ ਜਾਓ ਜਾ ਕੇ ਵੇਖੋ ਲਾਹੌਰ ਦਾ ਕੀ ਬਣਿਆ, ਕਿੰਨੀਆਂ ਕੁ ਉੱਥੇ ਮੌਤਾਂ ਹੋ ਗਈਆਂ ਨੇ, ਲਾਹੌਰ ਸਾਰਾ ਖਾਲੀ ਹੋ ਗਿਆ ਜਾਂ ਕੋਈ ਹਜੇ ਉੱਥੇ ਹੈ। ਜਦੋਂ ਪੁਰਤਗਾਲ ਤੋਂ ਗੁਰਮੁਖੋ ਕੁਝ ਸਰੀਰ ਆਏ, ਉਹ ਕੀ ਵੇਖਦੇ ਨੇ? ਗੁਰੂ ਨਾਨਕ ਜੀ ਦੀ ਪੰਜਵੀਂ ਜੋਤ, ਧੰਨ ਗੁਰੂ ਅਰਜਨ ਦੇਵ ਪਿਤਾ ਜੀ ਆਪ ਰੋਗੀ ਦੀ ਹੱਥੀ ਸੇਵਾ ਪਏ ਕਰਦੇ ਨੇ, ਖੂਹ ਲਗਵਾ ਰਹੇ ਨੇ, ਲੰਗਰ ਚਲਾ ਦਿੱਤੇ। ਉਹ ਬੜੇ ਪ੍ਰਭਾਵਿਤ ਹੋਏ, ਆਪਣੇ ਹੈੱਡਕੁਆਰਟਰ ਫਿਰ ਚਿੱਠੀ ਲਿਖਦੇ ਨੇ
ਕਹਿੰਦੇ ਤੁਸੀਂ ਸਾਨੂੰ ਭੇਜਿਆ ਜਾ ਕੇ ਵੇਖੋ ਲਾਹੌਰ ਸਾਰਾ ਖਾਲੀ ਹੋ ਗਿਆ ਕਿ ਨਹੀਂ ਹੋ ਗਿਆ, ਕਿੰਨੇ ਕੁ ਲੋਕ ਮਰ ਗਏ, ਕਿੰਨੇ ਕੁ ਲੋਕ ਭੱਜ ਗਏ ਨੇ। ਪਰ ਇੱਥੇ ਤਾਂ ਗੁਰੂ ਨਾਨਕ ਦੇ ਘਰ ਦੀ ਜੋਤ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਆਪ ਹੱਥੀ ਸੇਵਾ ਪਏ ਕਰਦੇ ਨੇ, ਰੋਗੀਆਂ ਨੂੰ ਦਵਾ ਦਾਰੂ ਵੀ ਦੇ ਰਹੇ ਨੇ, ਲੰਗਰ ਵੀ ਚਲਾ ਦਿੱਤੇ ਉਹਨਾਂ ਨੇ, ਉਹ ਵੀ ਬੜੇ ਪ੍ਰਭਾਵਿਤ ਹੋਏ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਤੋਂ। ਵੇਖੋ ਕਿੱਡੇ ਦਿਆਲੂ ਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਸਾਰੀ ਜ਼ਿੰਦਗੀ ਲੈਵਲ ਨਹੀਂ ਲਿਆ ਗੁਰਮੁਖੋਂ, ਬਹੁਤ ਹੀ ਦਿਆਲੂ ਨੇ, ਹੈ ਪਰਮੇਸ਼ਰ ਦਾ ਸਰੂਪ ਨੇ। ਤੁਹਾਡੇ ਕੋਲ ਹੀ ਗੁਰਮੁਖੋਂ ਗੁਰਦੁਆਰਾ ਹੈ ਪਿਪਲੀ ਸਾਹਿਬ, ਤੁਸੀਂ ਦਰਸ਼ਨ ਕੀਤੇ ਹੋਣਗੇ। ਕਾਬਲ ਤੋਂ ਸੰਗਤ ਆਈ ਪਿਪਲੀ ਸਾਹਿਬ ਵਾਲੀ ਜਗ੍ਹਾ ਤੇ, ਹਨੇਰਾ ਹੋ ਗਿਆ ਉਧਰੋਂ। ਗੁਰੂ ਅਰਜਨ ਦੇਵ ਪਿਤਾ ਨੂੰ ਪਤਾ ਲੱਗਦਾ ਹੈ ਰਾਤ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ, ਸਤਿਗੁਰੂ ਜੀ ਨੂੰ ਖਬਰ ਮਿਲਦੀ ਹੈ ਕਿ ਇੱਦਾਂ ਕਾਬਲ ਤੋਂ ਸੰਗਤ ਆਈ ਹੈ, ਸ਼ਹਿਰ ਤੋਂ ਬਾਹਰ ਬਾਹਰ ਹੀ ਉਹਨਾਂ ਨੂੰ ਹਨੇਰਾ ਹੋ ਗਿਆ, ਸੰਗਤ ਭੁੱਖੀ ਬਾਣੀ ਹੈ। ਤੇ ਗੁਰੂ ਅਰਜਨ ਦੇਵ ਪਿਤਾ ਨੇ ਕੀ ਕੀਤਾ, ਗੁਰਮੁਖੋ ਕੜਾਹ ਪ੍ਰਸ਼ਾਦ ਦੇਗ ਤਿਆਰ ਕੀਤੀ। ਵੇਖੋ ਦਿਆਲਤਾ, ਸਤਿਗੁਰ ਨੇ ਕੜਾਹ ਪ੍ਰਸ਼ਾਦ ਦੇਗ ਤਿਆਰ ਕੀਤੀ, ਤਿੰਨ ਪ੍ਰਾਤਾਂ ਚ ਉਹ ਦੇਗ ਪਾ ਲਈ ਤੇ ਸਿਰ ਤੇ ਨਾ ਵੱਡਾ ਜਿਹਾ ਖੀਸਾ ਵਧੇਰ ਲਿਆ, ਕੋਈ ਪਹਿਚਾਣ ਨਾ ਸਕੇ। ਗੁਰੂ ਅਰਜਨ ਦੇਵ ਪਿਤਾ ਜੀ ਨੇ ਵੱਡਾ ਜਿਹਾ ਖੀਸਾ ਵਧੇਰ ਲਿਆ ਸਿਰ ਤੇ, ਸਾਦੇ ਕੱਪੜੇ ਪਾਏ, ਇੱਕ ਪ੍ਰਾਤ ਆਪਣੇ ਸੀਸ ਤੇ ਚੁੱਕ ਲਈ ਗੁਰੂ ਅਰਜਨ ਦੇਵ ਪਿਤਾ, ਦੋ ਨਾਲ ਜੋ ਸਿੱਖ ਨੇ ਉਹਨਾਂ ਨੂੰ ਚੁਕਾ ਦਿੱਤੀਆਂ ਕੜਾਹ ਪ੍ਰਸ਼ਾਦ ਦੇਗ ਦੀਆਂ ਪ੍ਰਾਤਾਂ। ਪਿਪਲੀ ਸਾਹਿਬ ਵਾਲੇ ਸਥਾਨ ਤੇ ਸਤਿਗੁਰੂ ਜੀ ਪਹੁੰਚੇ, ਲਾਗੋ ਜਲ ਦਾ ਪ੍ਰਬੰਧ ਕੀਤਾ, ਸੰਗਤ ਨੂੰ ਜਲ ਵੀ ਛਕਾਇਆ, ਕੜਾਹ ਪ੍ਰਸ਼ਾਦ ਦੀ ਦੇਗ ਵੀ ਸੰਗਤ ਨੂੰ ਛਕਾਈ, ਸੰਗਤ ਭੁੱਖੀ ਸੀ ਗੁਰਮੁਖ। ਇੱਧਰੋਂ ਸਤਿਗੁਰ ਦੇ ਮਹਿਲ ਮਾਤਾ ਗੰਗਾ ਜੀ ਉਹ ਵੀ ਪਹੁੰਚਦੇ ਨੇ, ਹੁਣ ਸੰਗਤ ਆਰਾਮ ਦੇ ਵਿੱਚ ਹੋਣ ਲੱਗੀ। ਜਦੋਂ ਸੰਗਤ ਆਰਾਮ ਦੇ ਵਿੱਚ ਹੋਣ ਲੱਗੀ ਨਾ, ਤੁਹਾਨੂੰ ਪਤਾ ਕਈ ਵਾਰ ਬੰਦੇ ਨੂੰ ਥਕਾਵਟ ਹੋਵੇ ਨਾ, ਬੰਦਾ ਲੰਮੇ ਪਿਆ ਹੋਵੇ ਤਾਂ ਆਪਣੀ ਲੱਤਾਂ ਕਈ ਵਾਰ ਬੰਦਾ ਆਪ ਘੁੱਟਦਾ ਆਪਣੇ ਹੱਥਾਂ ਦੇ ਨਾਲ। ਹੁਣ ਕਈ ਬਜ਼ੁਰਗ ਨਾ ਆਪਣੀ ਲੱਤਾਂ ਆਪ ਘੁੱਟਦੇ ਪਏ ਨੇ, ਸਤਿਗੁਰ ਨੇ ਵੇਖ ਲਿਆ ਇਹ ਥਕਾਵਟ ਹੋਈ ਹੈ। ਉੱਧਰੋਂ ਮਾਈਆਂ ਵੀ ਗਈ, ਬਜ਼ੁਰਗ ਬੀਬੀਆਂ ਵੀ, ਬੀਬੀਆਂ ਨੇ ਸੇਵਾ ਤੇ ਮਾਤਾ ਗੰਗਾ ਜੀ ਨੂੰ ਇਸ਼ਾਰਾ ਕੀਤਾ, ਤੁਸੀਂ ਜਾ ਕੇ ਸੇਵਾ ਕਰੋ, ਹੈ ਧੰਨ ਗੁਰੂ ਅਰਜਨ ਦੇਵ ਪਿਤਾ ਸ੍ਰਿਸ਼ਟੀ ਦੇ ਮਾਲਕ ਨੇ, ਬਸ ਆਹ ਚੀਜ਼ ਚਾਹੀਦੀ ਹੈ। ਕੇਵਲ ਕਿਹਾ ਨੀ, ਸਿੱਖਾ ਗੁਰੂ ਘਰ ਸੇਵਾ ਕਰ, ਸੰਗਤਾਂ ਦੀ ਸੇਵਾ ਕਰ, ਕਰਕੇ ਵਿਖਾਇਆ ਗੁਰਮੁਖੋ। ਹੁਣ ਸਤਿਗੁਰੂ ਬਜ਼ੁਰਗਾਂ ਦੀਆਂ ਲੱਤਾਂ ਘੁੱਟਦੇ ਪਏ ਨੇ, ਜਾ ਬਜ਼ੁਰਗੋ ਤੁਹਾਡੀ ਲੱਤਾਂ ਘੁੱਟ ਦੇਵਾਂ, ਇੱਕ ਬਜ਼ੁਰਗ ਦੀਆਂ, ਦੂਜੇ ਦੀਆਂ, ਤੀਜੇ ਦੀਆਂ। ਸੰਗਤ ਆਰਾਮ ਦੇ ਵਿੱਚ ਹੋ ਗਈ, ਅੰਮ੍ਰਿਤ ਵੇਲਾ ਹੋਇਆ। ਉਹ ਸੰਗਤ ਦਾ ਜੋ ਜਥੇਦਾਰ ਸੀ, ਮੇਨ ਸੀ, ਉਹ ਕਹਿੰਦਾ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੂੰ ਆਖਣ ਲੱਗਾ, ਉਹਨਾਂ ਨੂੰ ਪਤਾ ਸੀ ਗੁਰੂ ਅਰਜਨ ਦੇਵ ਜੀ ਨੇ, ਕਹਿੰਦਾ ਕਾਕਾ ਤੂੰ ਰਾਤੀ ਵੀ ਬੜੀ ਸੰਗਤ ਦੀ ਸੇਵਾ ਕੀਤੀ, ਜਲ ਵੀ ਛਕਾਇਆ, ਕੜਾਹ ਪ੍ਰਸ਼ਾਦ ਦੇਗ ਵੀ ਛਕਾਈ, ਫਿਰ ਬਜ਼ੁਰਗਾਂ ਨੇ ਲੱਤਾਂ ਵੀ ਘੁੱਟੀਆਂ, ਤੇ ਮੇਰਾ ਦਿਲ ਕਰਦਾ ਤੇਰੀ ਗੁਰੂ ਨਾਨਕ ਦੇ ਚਰਨਾਂ ਦੀ ਮੈਂ ਅਰਦਾਸ ਕਰਾਂ। ਗੱਲ ਸੁਣਿਓ ਨਾ, ਸਿੱਖੀ ਕੀ ਹੁੰਦੀ ਹੈ। ਮੈਂ ਕਈ ਵਾਰ ਸੋਚਦਾ ਕਿਤੇ ਸਾਨੂੰ ਸੋਹਣੀ ਕਥਾ ਕਰਨੀ ਆ ਜਾਵੇ ਨਾ,
ਅਸੀਂ ਕਹਿੰਦੇ ਸਾਡਾ ਕੰਮ ਨਹੀਂ ਸੇਵਾ ਕਰਨਾ, ਸੋਨਾ ਕੀਰਤਨ ਕਰਨਾ ਆ ਜਾਵੇ ਸਾਡਾ ਕੰਮ ਤੁਰ ਹੈਗਾ, ਸੰਗਤ ਦੀ ਸੇਵਾ ਕਰਨੀ। ਪਰ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਤੁਹਾਡੇ ਤੋਂ ਸਦਕੇ ਜਾਈਏ, ਤੁਹਾਡੇ ਤੋਂ ਬਲਿਹਾਰੇ ਜਾਈਏ ਮਹਾਰਾਜ ਜੀ। ਆਪ ਪੂਰਨੇ ਪਾਏ ਸਤਿਗੁਰੂ ਜੀ ਨੇ, ਆਪ ਬਜ਼ੁਰਗਾਂ ਦੀਆਂ ਲੱਤਾਂ ਕੁੱਟੀਆਂ। ਉਹ ਜਥੇਦਾਰ ਕਹਿੰਦਾ ਜੀ ਕਾਕਾ ਤੂੰ ਬੜੀ ਸੇਵਾ ਕੀਤੀ, ਰਾਤ ਵੀ ਜਲ ਵੀ ਛਕਾਇਆ, ਕਰਾਬ ਸ਼ਾਹੀ ਦੇਗ ਵੀ ਛਕਾਈ, ਬਜ਼ੁਰਗਾਂ ਦੀਆਂ ਲੱਤਾਂ ਵੀ ਕੁੱਟੀਆਂ। ਮੇਰਾ ਦਿਲ ਕਰਦਾ ਸੰਗਤ ਰੂਪ ਤੇਰੀ ਅਰਦਾਸ ਕਰੀਏ ਸਤਿਗੁਰ ਦੇ ਚਰਨਾਂ ਵਿੱਚ, ਵੀ ਕੀ ਅਰਦਾਸ ਤੇਰੀ ਕਰੀਏ। ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਪਤਾ ਕੀ ਕਹਿੰਦੇ, ਕਹਿੰਦੇ ਜਥੇਦਾਰ ਜੀ ਜੇ ਅਰਦਾਸ ਕਰਨੀ ਹੈ ਨਾ ਮੇਰੀ, ਗੁਰੂ ਨਾਨਕ ਦੇ ਚਰਨਾਂ 'ਚ ਇਹ ਅਰਦਾਸ ਕਰੋ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤਰਸ ਕਰਕੇ ਮੇਰੇ ਕੋਲ ਸੰਗਤਾਂ ਦੀ ਸੇਵਾ ਲੈਂਦੇ ਰਹਿਣ। ਜੇ ਅਰਦਾਸ ਕਰਨੀ ਹੈ ਜਥੇਦਾਰ ਜੀ ਇਹ ਅਰਦਾਸ ਕਰੋ, ਗੁਰੂ ਨਾਨਕ ਪਾਤਸ਼ਾਹ ਇਸੇ ਤਰ੍ਹਾਂ ਤਰਸ ਕਰਕੇ ਮੇਰੇ ਕੋਲੋਂ ਸੰਗਤਾਂ ਦੀ ਸੇਵਾ ਲੈਂਦੇ ਰਹਿਣ। ਹੁਣ ਸੰਗਤਾਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੀਆਂ ਨੇ, ਆਸਾ ਜੀ ਦੀਵਾਰ ਦਾ ਕੀਰਤਨ ਹੋ ਰਿਹਾ, ਹੁਣ ਸਾਰੀਆਂ ਸੰਗਤਾਂ ਦੇ ਅੰਦਰ ਖਿੱਚ, ਅਸੀਂ ਜਾ ਕੇ ਸਤਿਗੁਰ ਦੇ ਦੀਦਾਰੇ ਕਰੀਏ। ਹੁਣ ਇੱਕ ਦੂਜੇ ਨੇ ਕਹਿੰਦਾ ਵੀ ਤੂੰ ਇੱਥੇ ਖਿਆਲ ਰੱਖ, ਅਸੀਂ ਦਰਸ਼ਨ ਕਰੀਏ ਪਹਿਲਾਂ ਫਿਰ ਤੁਸੀਂ ਦਰਸ਼ਨ ਕਰ ਰਹੇ ਹੋ। ਕਹਿੰਦਾ ਨਹੀਂ ਨਹੀਂ ਨਹੀਂ, ਤੁਸੀਂ ਖਿਆਲ ਰੱਖੋ ਪਹਿਲਾਂ, ਮੈਂ ਦਰਸ਼ਨ ਕਰਾਵਾਂ ਪਹਿਲਾਂ। ਆਪਸੀ ਇੱਕ ਦੂਜੇ ਨੂੰ ਕਹਿ ਰਹੇ ਨੇ ਪਿਆਰ ਦੇ ਨਾਲ, ਇੱਕ ਦੂਜੇ ਨੂੰ ਕਹਿੰਦਾ, ਦੂਜਾ ਤੀਜੇ ਨੂੰ ਕਹਿੰਦਾ। ਹੁਣ ਸਾਰਿਆਂ ਦੇ ਅੰਦਰ ਚਾਅ ਹੈ ਅਸੀਂ ਜਾ ਕੇ ਸਤਿਗੁਰੂ ਦੇ ਦਰਸ਼ਨ ਕਰੀਏ ਪਹਿਲਾਂ ਜਾ ਕੇ। ਇੱਧਰੋਂ ਫਿਰ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਆਉਂਦੇ ਨੇ, ਉਸੇ ਤਰ੍ਹਾਂ ਕੀ ਸਾਹਿਬ ਬੈਠੇ ਹੋਇਆ ਸਿਰ ਤੇ, ਕਹਿੰਦੇ ਸੰਗਤ ਜੀ ਤੁਸੀਂ ਸਾਰੇ ਜਾ ਕੇ ਦਰਸ਼ਨ ਕਰਾਓ, ਜੋੜਿਆਂ ਦਾ ਖਿਆਲ ਮੈਂ ਰੱਖਦਾ। ਹੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਤੁਹਾਤੋਂ ਬਲਿਹਾਰੇ ਜਾਈਏ, ਤੁਹਾਤੋਂ ਸਦਕੇ ਜਾਈਏ। ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕੀ ਕਹਿੰਦੇ, ਸੰਗਤ ਜੀ ਜਾਓ ਸਾਰੇ ਜਾ ਕੇ ਦਰਸ਼ਨ ਤੁਸੀਂ ਕਰਾਓ, ਮੈਂ ਜੋੜਿਆਂ ਦਾ ਖਿਆਲ ਰੱਖਦਾ। ਉੱਥੇ ਜੋੜੇ ਦੇ ਸਤਿਗੁਰ ਜੀ ਬੈਠ ਗਏ, ਸੰਗਤ ਦਰਸ਼ਨ ਕਰਨ ਗਈ ਅੰਦਰ। ਹੁਣ ਅੰਦਰ ਸੰਗਤ ਵੇਖਦੀ ਹੈ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਕੁਝ ਹੋਰ ਸਿੱਖ ਬੈਠੇ ਨੇ, ਰਾਗੀ ਸਿੰਘ ਕੀਰਤਨ ਪਏ ਕਰਦੇ ਨੇ। ਹੁਣ ਕੀਰਤਨ ਦੀ ਸਮਾਪਤੀ ਹੋਈ, ਸੰਗਤ ਵੇਖਦੀ ਵੀ ਸਤਿਗੁਰ ਦੇ ਦਰਸ਼ਨ ਹੀ ਹੋ ਰਹੇ। ਹੁਣ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਪਛਾਣ ਸੀ, ਗੁਰਮੁਖ ਪਹਿਲਾਂ ਦਰਸ਼ਨ ਕੀਤੇ ਸਨ ਬਾਬਾ ਬੁੱਢਾ ਸਾਹਿਬ ਜੀ ਦੇ। ਸੰਗਤ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰਦੀ ਹੈ, ਬਾਬਾ ਬੁੱਢਾ ਸਾਹਿਬ ਜੀ ਵੀ ਸਤਿਗੁਰ ਜੀ ਕਿੱਥੇ ਨੇ, ਗੁਰੂ ਅਰਜਨ ਦੇਵ ਪਿਤਾ ਜੀ ਕਿੱਥੇ ਨੇ, ਅਸੀਂ ਦਰਸ਼ਨ ਕਰਨ ਵਾਸਤੇ ਆਏ, ਉਹਨਾਂ ਦੇ ਅਜੇ ਤੱਕ ਦਰਸ਼ਨ ਕੀਤੇ ਨੇ ਗੁਰੂ ਅਰਜਨ ਦੇਵ ਪਿਤਾ ਜੀ ਦੇ। ਤੇ ਬਾਬਾ ਬੁੱਢਾ ਸਾਹਿਬ ਜੀ ਬੜੇ ਸਹਿਜ ਵਿੱਚ ਆਖਣ ਲੱਗੇ, ਸੰਗਤ ਜੀ ਰਾਤੀ ਨਾ ਕਾਬਲ ਤੋਂ ਸੰਗਤ ਕੋਈ ਆਈ ਸੀ, ਤੇ ਗੁਰੂ ਅਰਜਨ ਦੇਵ ਜੀ ਆਪ ਪਾਤਸ਼ਾਹ ਦੇਖ ਤਿਆਰ ਕਰਕੇ ਨਾ ਉਹ ਸੰਗਤ ਵਾਸਤੇ ਲੈ ਕੇ ਗਏ ਸਨ, ਵੀ ਕਾਬਲ ਤੋਂ ਸੰਗਤ ਆਈ। ਜਥੇਦਾਰ ਸੋਚ ਜਾਂਦੇ ਕਾਬਲ ਤੋਂ ਅਸੀਂ ਆਏ ਹਾਂ, ਕਹਿੰਦੇ ਹਾਂ ਇੱਕ ਨੌਜਵਾਨ ਦੇਗ ਲੈ ਕੇ ਆਇਆ ਨਾਲ ਕੁਝ ਹੋਰ ਸਨ, ਉਹਦੇ ਉਹ ਦੇਗ ਲੈ ਕੇ ਆਏ ਵੀ ਕਿੱਥੇ ਉਹ ਕਿੱਥੇ ਆ, ਉਹ ਜਥੇਦਾਰ ਆਖਣ ਓਹੋ ਬਾਬਾ ਬੁੱਢਾ ਸਾਹਿਬ ਜੀ ਬੜੀ ਵੱਡੀ ਭੁੱਲ ਹੋ ਗਈ। ਹੁਣ ਜਥੇਦਾਰ ਹੀ ਭੱਜਿਆ ਬਾਬਾ ਬੁੱਢਾ ਸਾਹਿਬ ਜੀ ਨਾਲ, ਹੋਰ ਸੰਗਤਾਂ ਵੀ ਨਾਲ ਨਾਲ ਪਿੱਛੇ ਪਿੱਛੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸੰਗਤ ਨੇ ਜੋੜੇ ਉਤਾਰੇ ਸਨ ਤੇ ਗੁਰੂ ਅਰਜਨ ਦੇਵ ਜੀ ਨੂੰ ਬਿਠਾ ਕੇ ਆਏ ਸਨ। ਕੀ ਵੇਖਦੇ ਨੇ,
ਗੁਰੂ ਅਰਜਨ ਦੇਵ ਪਿਤਾ ਜੀ ਹੈ ਸ੍ਰਿਸ਼ਟੀ ਦੇ ਮਾਲਕ ਨੇ, ਭੰਨ ਮੱਥਰਾ ਕੁਛ ਭੇਦ ਨਹੀਂ ਗੁਰੂ ਅਰਜਨ, ਪ੍ਰਤੱਖ ਹਰ ਹੜੀ ਦਾ ਪ੍ਰਤੱਖ ਰੂਪ ਨੇ ਗੁਰੂ ਅਰਜਨ ਦੇਵ ਪਿਤਾ ਜੀ। ਅੱਜ ਜੋੜੇ ਦੇ ਬੈਠ ਕੇ ਆਪਣੇ ਹਜ਼ੂਰੀਏ ਦੇ ਨਾਲ ਸੰਗਤ ਦਾ ਜੋੜਾ ਫੜ ਕੇ ਗੁਰਮੁਖੋਂ ਕੱਲਾ ਕੱਲਾ ਜੋੜਾ ਸਾਹਿਬ ਪਾਈ ਕਰਦੇ ਨੇ। ਅੱਜ ਗੁਰੂ ਅਰਜਨ ਦੇਵ ਪਿਤਾ ਜੀ ਸੰਗਤਾਂ ਦੇ ਜੋੜੇ ਪਏ ਸਾਫ ਕਰਦੇ ਨੇ। ਬਾਬਾ ਬੁੱਢਾ ਸਿੰਘ ਜਾ ਕੇ ਹੱਥੋਂ ਜੋੜਾ ਫੜ ਲਿਆ, ਉਹ ਜਥੇਦਾਰ ਵੀ ਉੱਚੀ ਉੱਚੀ ਰੋਣ ਲੱਗ ਪਿਆ, ਸਤਿਗੁਰੂ ਅਸੀਂ ਤੁਹਾਡੇ ਕੋਲੋਂ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਆਏ ਸਾਂ। ਸੰਗਤ ਵੀ ਗੁਰਮੁਖ ਵਿਰਾਗ ਚ ਆ ਗਈ। ਹੇ ਗੁਰੂ ਅਰਜਨ ਦੇਵ ਪਿਤਾ ਜੀ, ਅਸੀਂ ਤਾਂ ਆਪਣੇ ਭੁੱਲਾਂ ਤੁਹਾਡੇ ਕੋਲ ਬਖਸ਼ਾਉਣ ਵਾਸਤੇ ਆਏ ਸਾਂ, ਤੁਹਾਡੀ ਸੇਵਾ ਕਰਨ ਵਾਸਤੇ ਆਏ ਸਾਂ। ਮਹਾਰਾਜ ਜੀ ਤੁਸੀਂ ਸਾਡੀ ਸੇਵਾ, ਸੰਗਤ ਦੀ ਸੇਵਾ। ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਆਖਣ ਲੱਗੇ, ਉਹ ਸੰਗਤ ਜੀ ਵਿਰਾਗ ਨਾ ਕਰੋ, ਸੰਗਤ ਦੇ ਵਿੱਚ ਗੁਰੂ ਨਾਨਕ ਦਾ ਪ੍ਰਤੱਖ ਵਾਸਾ ਹੈ, ਵਿੱਚ ਸੰਗਤ ਹਰ ਤਬ ਵਸੇ ਜੀਓ, ਸੰਗਤ ਵਿੱਚ ਗੁਰੂ ਨਾਨਕ ਦਾ ਵਾਸਾ ਹੈ। ਮੈਂ ਤੁਹਾਡੀ ਸੇਵਾ ਨਹੀਂ ਗੁਰੂ ਨਾਨਕ ਦੀ ਸੇਵਾ ਕੀਤੀ ਹੈ। ਵੇਖੋ ਨਿਮਰਤਾ, ਸੰਗਤ ਦੀ ਵਿਰਾਗ ਨਾ ਕਰੋ, ਮੈਨੂੰ ਵੀ ਭੁੱਖ ਲੱਗਦੀ ਹੈ। ਜੋ ਗੁਰੂ ਨਾਨਕ ਦੇ ਘਰ ਨਾਲ ਪਿਆਰ ਕਰਦੇ ਨੇ, ਫਿਰ ਮੇਰਾ ਦਿਲ ਕਰਦਾ ਮੈਂ ਵੀ ਉਹਨਾਂ ਦੀ ਸੇਵਾ ਕਰਾਂ। ਵੇਖੋ ਕਿੱਡੀ ਨਿਮਰਤਾ ਧੰਨ ਗੁਰੂ ਅਰਜਨ ਦੇਵ ਪਿਤਾ ਦੇ ਵਿੱਚ। ਅੱਜ ਵੀ ਕਦੀ ਹਰਿਮੰਦਰ ਸਾਹਿਬ ਜੁਰੇ ਘਰ ਜਾਓ ਨਾ ਘੰਟਾ ਘਰ, ਉੱਥੇ ਤਸਵੀਰ ਲੱਗੀ ਵੱਡੀ ਸਾਰੀ ਅੱਜ ਦੀ, ਉਹ ਤਸਵੀਰ ਦੇਖੋ ਗੁਰਮੁਖੋ। ਗੁਰੂ ਅਰਜਨ ਦੇਵ ਪਿਤਾ ਜੋੜਿਆਂ 'ਚ ਬੈਠੇ ਨੇ ਸੰਗਤ ਦੇ, ਅਤੇ ਸੰਗਤ ਦਾ ਇਕੱਲਾ ਇਕੱਲਾ ਜੋੜਾ ਆਪਣੇ ਸਾਫ ਕਰਦੇ ਨੇ ਆਪਣੇ ਹਜ਼ੂਰੀਏ ਨਾਲ। ਜੇ ਗੁਰੂ ਕੇ ਮਹਿਲ ਵਾਲੇ ਸਥਾਨ 'ਤੇ ਚਲੇ ਜਾਓ, ਉੱਥੇ ਵੀ ਜੋੜੇ ਘਰ, ਉਹ ਤਸਵੀਰ ਲੱਗੀ ਗੁਰਮੁਖੋ। ਗੁਰੂ ਅਰਜਨ ਦੇਵ ਪਿਤਾ ਜੀ ਜੋੜਿਆਂ 'ਚ ਬੈਠੇ ਨੇ, ਅਤੇ ਸੰਗਤ ਦਾ ਇਕੱਲਾ ਇਕੱਲਾ ਜੋੜਾ ਆਪਣੇ ਸਾਫ ਕਰਦੇ ਨੇ। ਵੇਖੋ ਗੁਰੂ ਅਰਜਨ ਦੇਵ ਪਿਤਾ ਜੀ ਨੇ ਕਦੀ ਲੈਵਲ ਨਹੀਂ ਲਿਆ, ਕਿੱਡੀ ਨਿਮਰਤਾ ਹੈ। ਇਹਨੇ ਆਖਿਆ ਸਿੱਖਾ ਨਿਮਰਤਾ ਧਾਰਨ ਕਰ। ਦੇਖੋ ਆਪ ਪੂਰਨੇ ਪਾ ਕੇ ਦੱਸੇ, ਇਹਨੇ ਆਖਿਆ ਸਿੱਖਾ ਸੇਵਾ ਕਰ, ਸੇਵਾ ਕਰਕੇ ਦੱਸੀ। ਪੱਗਾਂ ਵਾਲਿਓ ਜਿਸ ਮੁਕਾਮ ਤੇ ਮਰਜ਼ੀ ਪਹੁੰਚ ਜਾਓ, ਇਹ ਅਰਦਾਸ ਕਰਿਓ ਮਹਾਰਾਜ ਜੀ। ਹਮੇਸ਼ਾ ਹੀ ਸੰਗਤ ਦੀ ਸੇਵਾ ਕਰਦੇ ਰਹੀਏ, ਸੰਗਤ ਦੇ ਚਰਨਾਂ ਵਿੱਚ ਰਹੀਏ। ਗੁਰੂ ਅਰਜਨ ਦੇਵ ਪਿਤਾ ਜੀ ਆਪ ਸੰਗਤ ਦੀ ਸੇਵਾ ਕਰਦੇ ਨੇ, ਕਿੱਡੇ ਦਿਆਲੂ ਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ। ਆਪਣੇ ਸਿੱਖਾਂ ਦੀ ਲਾਜ ਵੀ ਰੱਖਦੇ ਨੇ, ਸਿੱਖਾਂ ਦੇ ਪਰਦੇ ਵੀ ਕੱਜਦੇ ਨੇ। ਗੁਰਮੁਖੋ ਕੁਝ ਸਮੇਂ ਬਾਅਦ ਉਹ ਸੰਗਤਾਂ ਦਰਸ਼ਨ ਦੁਆਰੇ ਕਰਕੇ ਵਾਪਸ ਕਾਬਲ ਜਾਂਦੀਆਂ ਨੇ। ਹੁਣ ਸਤਿਗੁਰੂ ਦੀ ਬੜੀ ਸ਼ੋਭਾ ਹੋ ਗਈ, ਹਰ ਪਾਸੇ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਹੋਣ ਲੱਗ ਪਿਆ। ਤੁਸੀਂ ਆਖੋ ਧੰਨ ਧੰਨ ਸ੍ਰੀ ਗੁਰੂ, ਫਿਰ ਆਖੋ ਧੰਨ ਧੰਨ ਸ੍ਰੀ ਗੁਰੂ, ਭਿੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ, ਫਿਰ ਆਖੋ ਧੰਨ ਧੰਨ ਸ੍ਰੀ ਗੁਰੂ। ਜਦੋਂ ਵੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣਾ, ਕੰਜੂਸੀ ਨਾ ਕਰਿਆ ਕਰੋ, ਅੰਦਰੋਂ ਕਿਹਾ ਕਰੋ। ਇਹਦਾ ਬੜਾ ਵੱਡਾ ਲਾਭ ਜੇ, ਇਹਦਾ ਬੜਾ ਵੱਡਾ ਫਲ ਮਿਲਦਾ ਜੇ, ਤੁਸੀਂ ਆਖੋ ਇਹਦਾ ਲਾਭ ਮਿਲਦਾ। ਧੰਨ ਧੰਨ ਗੁਰੂ ਅਰਜਨ ਦੇਵ ਪਿਤਾ ਕਹਿਣ ਦਾ ਵੀ ਲਾਭ ਮਿਲਦਾ ਹੈ। ਜੇ ਗੁਰੂ ਅਰਜਨ ਦੇਵ ਧੰਨ ਕਹੀਏ ਉਹਦਾ ਵੀ ਫਲ ਮਿਲਦਾ ਹੈ, ਉਹਦਾ ਲਾਭ ਮਿਲਦਾ। ਹਾਂ ਪੁੱਛੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਪੁੱਛੋ ਕਦੀ ਸਤਿਗੁਰੂ ਜੇ ਗੁਰੂ ਅਰਜਨ ਦੇਵ ਧੰਨ ਕਹੀਏ ਤਾਂ ਕੀ ਮਿਲੇਗਾ।
ਸਤਿਗੁਰੂ ਜਵਾਬ ਦੇਣਗੇ ਤੁਹਾਨੂੰ, ਕੀ ਕਹਿਣਗੇ? ਤਾਰਿਆ ਜਹਾਨ ਲਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ। ਹੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਜਿੰਨੀ ਤੁਦਨੋ ਧੰਨ ਕਿਹਾ, ਤਿੰਨ ਜਮ ਨੇੜ ਨਾ ਆਇਆ। ਉਹ ਜਮਾ ਦੀ ਕੀ ਮਜਾਲ, ਉਹਦੇ ਕੋਲ ਆ ਜਾ ਜਿਹਨੇ ਗੁਰੂ ਅਰਜਨ ਦੇਵ ਨੇ ਕੋਈ ਧੰਨ ਕਹਿਤਾ। ਆਖੋ ਧੰਨ ਧੰਨ ਸ੍ਰੀ ਗੁਰੂ, ਫਿਰ ਆਖੋ ਧੰਨ ਧੰਨ ਸ੍ਰੀ ਗੁਰੂ। ਉਹ ਸੰਗਤ ਖੁਸ਼ੀਆਂ ਲੈ ਕੇ ਕਾਬਲ ਵਾਪਸ ਗਈ ਜੀ। ਕੁਝ ਸਮੇਂ ਬਾਅਦ ਫਿਰ ਸੰਗਤਾਂ ਕਾਬਲ ਤੋਂ ਆਈਆਂ, ਅੱਜ ਕੁਝ ਨਵੀਆਂ ਸੰਗਤਾਂ ਦੇ ਵਿੱਚ। ਉਹ ਨਵੀਆਂ ਸੰਗਤਾਂ ਦੇ ਵਿੱਚ ਗੁਰਮੁਖ ਇੱਕ ਹੈ ਭਾਈ ਕਟਾਰੂ, ਸਿੱਖ ਹੋਇਆ ਸਤਿਗੁਰੂ ਦਾ ਭਾਈ ਕਟਾਰੂ। ਉਹ ਪਹਿਲੀ ਵਾਰ ਸਤਿਗੁਰੂ ਦਰਸ਼ਨਾਂ ਵਾਸਤੇ ਆਇਆ, ਜਦੋਂ ਵੇਖਿਆ ਗੁਰੂ ਘਰ ਬੜਾ ਉੱਚਾ ਸੁੱਚਾ ਗੁਰਸਿੱਖਾਂ ਦਾ ਜੀਵਨ ਹੈ, ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ, ਭਾਈ ਗੁਰਦਾਸ ਜੀ ਵਰਗੇ ਚਿਹਰੇ 'ਤੇ ਜਲਾਲ ਹੈ, ਰੂਹਾਨੀਅਤ ਹੈ। ਆਪ ਗੁਰੂ ਕੇ ਲਾਲ, ਗੁਰੂ ਕੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਨੇ, ਅੰਮ੍ਰਿਤ ਵੇਲੇ ਨਾਮ ਜਪਦੇ ਨੇ, ਇਹ ਭਾਈ ਕਟਾਰੂ ਵੀ ਫਿਰ ਗਲ ਦੇ ਵਿੱਚ ਪੱਲਾ ਪਾ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਇਆ। ਆਖਣ ਲੱਗਾ, ਇਹ ਧੰਨ ਗੁਰੂ ਅਰਜਨ ਦੇਵ ਪਿਤਾ ਜੀ, ਕਿਰਪਾ ਕਰੋ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਤੁਸੀਂ। ਸਤਿਗੁਰੂ ਨੇ ਇਹਨੂੰ ਵੀ ਸਿੱਖੀ ਦੀ ਦਾਤ ਦੀ ਬਖਸ਼ਿਸ਼ ਕੀਤੀ। ਆਖਣ ਲੱਗਾ, ਸਤਿਗੁਰੂ ਕੋਈ ਉਪਦੇਸ਼ ਮੇਰੀ ਝੋਲੀ 'ਚ ਪਾ ਦਿਓ। ਸਤਿਗੁਰੂ ਕਹਿੰਦੇ, ਕਿਰਤ ਕੀ ਕਰਦਾ? ਸਤਿਗੁਰੂ ਮੈਂ ਦੁਕਾਨਦਾਰੀ ਕਰਦਾ। ਹੁਣ ਧਿਆਨ ਦਿਓ, ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ, ਸਤਨਾਮ ਦਾ ਨਾਮ ਜਪਣਾ ਹੈ, ਪਾ ਪਰਮਾਤਮਾ ਦਾ ਨਾਮ ਜਪਣਾ ਹੈ, ਸ਼ਬਦ ਦੀ ਕਮਾਈ ਕਰਨੀ ਹੈ ਤੇ ਕਿਰਤ ਸੱਚੀ ਸੁੱਚੀ ਕਰਨੀ ਹੈ, ਵਿਹਾਰ ਸ਼ੁੱਧ ਰੱਖਣਾ ਹੈ। ਗੁਰੂ ਅਰਜਨ ਦੇਵ ਪਿਤਾ ਜੀ ਆਖਣਗੇ, ਭਾਈ ਕਟਾਰੂ ਹੁਣ ਤੂੰ ਗੁਰੂ ਨਾਨਕ ਦਾ ਸਿੱਖ ਬਣ ਗਿਆ, ਜਿਹਦਾ ਵਿਹਾਰ ਸ਼ੁੱਧ ਹੈ, ਜਿਹਦੀ ਕਿਰਤ ਸ਼ੁੱਧ ਹੈ, ਉਹਦਾ ਹੀ ਪਰਮਾਰਥ ਸ਼ੁੱਧ ਹੈ। ਬੜੀ ਵੱਡੀ ਗੱਲ ਜੇ ਕੀ ਆਖਿਆ, ਭਾਈ ਕਟਾਰੂ ਤੂੰ ਹੁਣ ਗੁਰੂ ਨਾਨਕ ਦਾ ਸਿੱਖ ਬਣ ਗਿਆ, ਜਿਹਦਾ ਵਿਹਾਰ ਸ਼ੁੱਧ ਹੈ, ਜਿਹਦੀ ਕਿਰਤ ਸ਼ੁੱਧ ਹੈ, ਉਹਦਾ ਹੀ ਪਰਮਾਰਥ ਸ਼ੁੱਧ ਹੈ। ਬੜੀ ਵੱਡੀ ਬਖਸ਼ਿਸ਼ ਕਰਤੀ ਗੁਰੂ ਅਰਜਨ ਦੇਵ ਪਿਤਾ ਜੀ ਨੇ। ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ, ਕਿਰਤ ਸ਼ੁੱਧ ਰੱਖਣੀ ਹੈ, ਕਿਸੇ ਦੇ ਹੱਕ ਤੇ ਅੱਖ ਨਹੀਂ ਰੱਖਣੀ ਕਦੀ। ਕਿਉਂ? ਹੱਕ ਪੜਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਦੀ ਕਿਸੇ ਦੇ ਹੱਕ ਤੇ ਅੱਖ ਨਹੀਂ ਰੱਖਣੀ, ਸੱਚੀ ਸੁੱਚੀ ਕਿਰਤ ਕਰਨੀ ਹੈ ਤੇ ਲੋੜਵੰਦਾਂ ਦੀ ਸਹਾਇਤਾ ਤੇ ਮਦਦ ਕਰਨੀ ਹੈ। ਉਪਦੇਸ਼ ਲੈ ਕੇ ਗੁਰਮੁਖੋਂ ਭਾਈ ਕਟਾਰੂ ਦੀ ਸੰਗਤਾਂ ਦੇ ਨਾਲ ਵਾਪਸ ਕਾਬਲ ਪਹੁੰਚਦੇ ਨੇ। ਹੁਣ ਸ਼ਬਦ ਦਾ ਅਭਿਆਸ ਵੀ ਕਰਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ, ਇਸ਼ਨਾਨ ਕਰਦੇ ਨੇ, ਚੌਂਕੜਾ ਮਾਰ ਕੇ ਸ਼ਬਦ ਦਾ ਅਭਿਆਸ ਕਰਦੇ ਨੇ। ਕਿਹੜੇ ਸ਼ਬਦ ਦਾ ਜੀ? ਦਾਦਾ ਦਿਲ ਹੈ, ਗੁਰਮੁਖ ਮਨ ਹੈ, ਤੁਸੀਂ ਚੌਂਕੜੇ ਮਾਰ ਲਓ। ਗੁਰੂ ਅਰਜਨ ਦੇਵ ਪਿਤਾ ਦੇ ਪਿਆਰ ਵਿੱਚ ਜੇ ਭਾਈ ਕਟਾਰੂ ਜੀ ਗੁਰਮੁਖ ਜਪਦੇ ਨੇ, ਤੁਸੀਂ ਵੀ ਜਪੋ, ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਭੈਣੋ ਵੀਰੋ, ਤੁਸੀਂ ਵੀ ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਵਾਹ 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 ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਰੂ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸ਼ਬਦ ਦਾ ਅਭਿਆਸ ਕਰਦਾ ਹੈ, ਦਿਨੇ ਸੱਚੀ ਸੁੱਚੀ ਕਿਰਤ ਕਰਦਾ ਹੈ। ਜੇ ਕੋਈ ਲੋੜਵੰਦ ਆ ਜਾਂਦਾ, ਭਾਈ ਗੁਰਦਾਰੂ ਮੇਰੇ ਕੋਲ ਪੈਸੇ ਨਹੀਂ, ਘਰ 'ਚ ਕੋਈ ਰਿਸ਼ਤੇਦਾਰ ਮਹਿਮਾਨ ਆਏ ਨੇ, ਉਹਦੀ ਵੀ ਸਹਾਇਤਾ ਕਰਦਾ ਹੈ। ਕੋਈ ਗਰੀਬ ਆ ਜਾਂਦਾ, ਉਹਦੀ ਵੀ ਲੋੜ ਪੂਰੀ ਕਰ ਦਿੰਦਾ ਹੈ। ਬੜੀ ਸੱਚੀ ਸੁੱਚੀ ਕਿਰਤ ਹੈ ਭਾਈ ਕਟਾਰੂ ਦੀ। ਹੁਣ ਭਾਈ ਕਟਾਰੂ ਜੀ ਦੀ ਗੁਰਮੁਖ ਸੋਭਾ ਆਉਣੀ ਸ਼ੁਰੂ ਹੋ ਗਈ। ਦੂ ਕਹਿੰਦੇ ਵਾਕੇ ਧੰਨ ਗੁਰੂ ਤੇ ਧੰਨ ਗੁਰੂ ਕਾ ਸਿੱਖ ਭਾਈ ਕਟਾਰੂ। ਬੜਾ ਮਿੱਠ ਬੋਲਣਾ ਸੁਭਾਅ ਹੈ ਭਾਈ ਕਟਾਰੂ ਜੀ ਦਾ। ਕੋਈ ਵੀ ਜਾਵੇ ਉਹਨੂੰ ਖਾਲੀ ਨਹੀਂ ਮੋੜਦੇ ਭਾਈ ਕਟਾਰੂ ਜੀ। ਬੜੀ ਸੱਚੀ ਸੁੱਚੀ ਕਿਰਤ ਹੈ, ਲੋਕ ਬੜੀ ਸੋਭਾ ਕਰਦੇ ਨੇ ਭਾਈ ਕਟਾਰੂ ਦੀ। ਪਾਗਾਂ ਵਾਲਿਓ, ਤੁਹਾਨੂੰ ਪਤਾ ਜਿੱਥੇ ਫੁੱਲ ਹੁੰਦੇ ਨੇ ਉੱਥੇ ਫਿਰ ਕੰਡੇ ਵੀ ਹੁੰਦੇ ਨੇ। ਜਿੱਥੇ ਵਡਿਆਈ ਕਰਨ ਵਾਲੇ ਹੁੰਦੇ ਨੇ, ਸੋਭਾ ਕਰਨ ਵਾਲੇ ਹੁੰਦੇ ਨੇ, ਉੱਥੇ ਫਿਰ ਨਿੰਦਕ ਵੀ ਪੈਦਾ ਹੋ ਜਾਂਦੇ ਨੇ। ਜੇ ਦਿਨ ਹੈ ਤਾਂ ਰਾਤ ਹੈ ਗੁਰਮੁਖੋ, ਜੇ ਛਾਂ ਹੈ ਤਾਂ ਧੁੱਪ ਵੀ ਹੈ, ਜੇ ਫੁੱਲ ਨੇ ਕੰਡੇ ਵੀ ਨੇ, ਜੇ ਵਡਿਆਈ ਕਰਨ ਵਾਲੇ ਸੋਭਾ ਕਰਨ ਵਾਲੇ ਨੇ, ਫਿਰ ਨਿੰਦਕ ਵੀ ਗੁਰਮੁਖ ਪੈਦਾ ਹੋ ਜਾਂਦੇ ਨੇ। ਹੁਣ ਈਰਖਾ ਕਰਨ ਵਾਲੇ ਪੈਦਾ ਹੋ ਗਏ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਅੱਜ ਬਹੁਤ ਗਿਣਤੀ ਸੰਸਾਰ ਦੇ ਲੋਕਾਂ ਦੀ, ਮੈਂ ਸਾਰਿਆਂ ਦੀ ਗਿਣਤੀ ਨਹੀਂ ਕਰਦਾ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਸੰਸਾਰ ਦੇ ਲੋਕਾਂ ਦੀ ਬਹੁਤ ਗਿਣਤੀ ਪਤਾ ਕੀ ਹੈ? ਲੋਕ ਆਪਣੇ ਦੁੱਖ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਨੇ। ਸੱਚਾਈ ਦੇ ਆਪਣੇ ਆਲੇ ਦੁਆਲੇ ਝਾਤੀ ਪਾ ਲਿਓ ਗੁਰਮੁਖੋ। ਕਦੀ ਅਸੀਂ ਲੋਕ ਆਪਣੇ ਦੁੱਖ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹਾਂ। ਫਲਾਣੇ ਨੇ ਵੱਡੀ ਗੱਡੀ ਲੈ ਲਈ, ਦੁੱਖ ਬਣ ਗਿਆ। ਜੇ ਮੇਰੀ ਮੰਨ ਲਓ 40,000 ਤਨਖਾਹ ਹੈ, ਨਾਲ ਦੇ 45,000 ਹੋ ਗਈ, ਆਪਣੀ 40,000 ਦੀ ਖੁਸ਼ੀ ਭੁੱਲ ਗਈ, ਉਹਦੀ 45,000 ਕਿਉਂ ਹੋ ਗਈ ਹੈ? ਬਸ ਉਹ ਦੁੱਖ ਲੱਗ ਗਿਆ। ਜੇ ਮੇਰਾ 150 ਗਜ ਦਾ ਮਕਾਨ ਹੈ, ਉਹਨੇ 200 ਗਜ ਦਾ ਕਿਉਂ ਬਣਾ ਲਿਆ? ਉਹ ਦੁੱਖ ਲੱਗ ਗਿਆ। ਪਾਗਾਂ ਵਾਲਿਓ, ਹੁਣ ਨਿੰਦਕਾਂ ਕੀ ਕੀਤਾ? ਭਾਈ ਕਟਾਰੂ ਦੇ ਦੁਕਾਨ ਤੇ ਗਏ, ਦੋ ਜਵਾਨੇ ਗੱਲੀ ਲਾਇਆ, ਇੱਕ ਨੇ ਵੱਟੇ ਵਟਾ ਲਏ ਜੀ। ਇੱਧਰੋਂ ਨਾਲ ਮਹਿਕਮੇ ਵਾਲੇ ਨੂੰ ਸ਼ਿਕਾਇਤ ਕਰਤੀ, ਸੂਬੇ ਨੂੰ ਸ਼ਿਕਾਇਤ ਕਰ ਦਿੱਤੀ, ਉਹਨੇ ਸਿਪਾਹੀ ਭੇਜੇ ਜੀ, ਵੱਟੇ ਚੈੱਕ ਕਰਨ ਵਾਸਤੇ ਬੰਦੇ ਭੇਜੇ। ਭਾਈ ਕਟਾਰੂ ਤੇਰੀ ਸ਼ਿਕਾਇਤ ਆਈ ਹੈ, ਤੇਰੇ ਵੱਟਿਆਂ 'ਚ ਫਰਕ ਵਾ, ਤੂੰ ਘੱਟ ਤੋਲਦਾ। ਜਦੋਂ ਭਾਈ ਕਟਾਰੂ ਨੇ ਵੱਟਿਆਂ ਵੱਲ ਵੇਖਿਆ ਤੇ ਅੰਦਰ ਹੀ ਮਨ ਦੇ ਵਿੱਚ ਹੀ ਉਹ ਮਨਾ, ਇਹ ਵੱਟੇ ਤੇਰੇ ਹੈ ਹੀ ਨਹੀਂ, ਲੱਗਦਾ ਕਿਸੇ ਸ਼ਰਾਰਤ ਕੀਤੀ, ਤੇਰੇ ਵੱਟੇ ਵਟਾ ਲਏ ਨੇ। ਇੱਧਰੋਂ ਮਹਿਕਮੇ ਵਾਲੇ ਵੱਟੇ ਚੈੱਕ ਕਰਨ ਲੱਗੇ, ਇੱਧਰੋਂ ਹੀ ਭਾਈ ਕਟਾਰੂ ਨੇ ਅੰਦਰੋਂ ਹੀ ਸੁਰਤੀ ਨਾਲ ਗੁਰੂ ਅਰਜਨ ਦੇਵ ਪਿਤਾ ਦੇ ਚਰਨ ਫੜ ਲਏ ਜੀ।
ਅੰਦਰ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਇੱਧਰੋਂ ਗੁਰੂ ਅਰਜਨ ਦੇਵ ਪਿਤਾ ਜੀ ਸਿੰਘਾਸਣ ਤੇ ਬੈਠੇ ਨੇ ਅੰਮ੍ਰਿਤਸਰ ਦੀ ਧਰਤੀ ਤੇ, ਕਾਬਲ ਵੱਟੇ ਤੇ ਘੋੜੇ ਨੇ, ਉਹ ਕਦੀ ਸੱਜੇ ਛਾਬੇ ਚ ਵੱਟੇ ਪਾਉਂਦੇ ਨੇ, ਕਦੀ ਖੱਬੇ ਚ ਪਾਉਂਦੇ ਨੇ, ਵੱਟੇ ਚ ਕਰਦੇ ਨੇ। ਇੱਧਰੋਂ ਇੱਕ ਸਿੱਖ ਗੁਰੂ ਅਰਜਨ ਦੇਵ ਪਿਤਾ ਦੇ ਚਰਨਾਂ 'ਚ ਇੱਕ ਟਕਾ ਮੱਥਾ ਟੇਕਦਾ ਹੈ। ਅੱਜ ਗੁਰੂ ਅਰਜਨ ਦੇਵ ਪਿਤਾ ਨੇ ਉਹ ਟਕਾ ਆਪਣੀ ਤਲੀ ਤੇ ਰੱਖਿਆ। ਸਾਰੇ ਸਿੱਖ ਹੈਰਾਨ ਹੋ ਗਏ, ਸੰਗਤਾਂ ਹੈਰਾਨ ਹੋ ਗਈ। ਲੋਕ ਕਿੰਨੀਆਂ ਕਿੰਨੀਆਂ ਵੱਡੀਆਂ ਪਟਾਵਾਂ ਚੜ੍ਹਾਉਂਦੇ ਨੇ, ਪਰ ਸਤਿਗੁਰ ਨੇ ਕਦੀ ਮਾਇਆ ਨੂੰ ਹੱਥ ਨਹੀਂ ਲਾਇਆ। ਅੱਜ ਸਿੱਖ ਦਾ ਇਹ ਟਕਾ ਸਤਿਗੁਰ ਨੇ ਤਲੀ 'ਚ ਰੱਖਿਆ। ਸਤਿਗੁਰ ਕਦੀ ਖੱਬੀ ਤਲੀ, ਕਦੀ ਸੱਜੀ ਤਲੀ ਵੱਟਾ ਰੱਖਦੇ ਨੇ। ਇੱਧਰੋਂ ਮਹਿਕਮੇ ਵਾਲੇ ਕਦੀ ਸੱਜੇ ਛਾਬੇ 'ਚ ਵੱਟੇ ਭਾਈ ਕਟਾਰੂ ਦੇ ਪਾਉਂਦੇ ਨੇ, ਕਦੀ ਖੱਬੇ ਛਾਬੇ ਪਾਉਂਦੇ ਨੇ। ਵੱਟਿਆਂ 'ਚ ਕੋਈ ਫਰਕ ਨਿਕਲਿਆ ਨਹੀਂ, ਉਹ ਮਹਿਕਮੇ ਵਾਲੇ ਹੱਥ ਜੋੜ ਲਏ, ਭਾਈ ਕਟਾਰੂ ਤੇਰੀ ਗਲਤ ਸ਼ਿਕਾਇਤ ਆਈ, ਸਾਨੂੰ ਮਾਫ਼ ਕਰੀ। ਉਹ ਵੀ ਚਲੇ ਗਏ। ਆ ਕੇ ਸੂਬੇਦਾਰ ਨੇ ਵੀ ਮਾਫ਼ੀ ਮੰਗੀ। ਨਿੰਦਕਾਂ ਨੂੰ ਪਤਾ ਲੱਗਾ ਵੱਟਿਆਂ 'ਚ ਫਰਕ ਨਿਕਲਿਆ ਨਹੀਂ, ਉਹਨਾਂ ਵੀ ਆ ਕੇ ਰੋ ਰੋ ਕੇ ਭਾਈ ਕਟਾਰੂ ਕੋਲ ਮਾਫ਼ੀ ਮੰਗੀ। ਭਾਈ ਕਟਾਰੂ, ਜਿਸ ਗੁਰੂ ਦੇ ਚਰਨ ਤੂੰ ਫੜੇ ਨੇ, ਉਸ ਗੁਰੂ ਦੇ ਸਾਨੂੰ ਵੀ ਦਿਦਾਰੇ ਕਰਾ। ਭਾਗਾਂ ਵਾਲੇ ਦਾਸ ਸਮਾਪਤੀ ਕਰੇ। ਉਹ ਨਿੰਦਕਾਂ ਨੂੰ ਨਾਲ ਲੈ ਕੇ, ਕੁਝ ਹੋਰ ਸੰਗਤਾਂ ਨਾਲ ਲੈ ਕੇ ਭਾਈ ਕਟਾਰੂ ਜੀ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਨੇ। ਸਤਿਗੁਰ ਦਾ ਸ਼ੁਕਰਾਨਾ ਕਰਦੇ ਨੇ। ਉਹ ਨਿੰਦਕ ਵੀ ਫਿਰ ਗੁਰਮੁਖੋ ਜਿਹਨਾਂ ਵੱਟੇ ਵਟਾਏ ਸਨ, ਵੀ ਕਹਿੰਦੇ ਮਾੜੇ ਸਾਡੀਆਂ ਭੁੱਲਾਂ ਬਖਸ਼ ਲਓ ਮਹਾਰਾਜ ਜੀ, ਭੁੱਲਾਂ ਬਖਸ਼ਾਉਂਦੇ ਨੇ ਉਹ ਵੀ, ਸਤਿਗੁਰ ਉਹਨਾਂ ਨੂੰ ਬਖਸ਼ਦੇ ਨੇ। ਸਤਿਗੁਰੂ ਜੀ ਕਹਿੰਦੇ ਰਲ ਮਿਲ ਕੇ ਰਿਹਾ ਕਰੋ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ, ਤੁਸੀਂ ਈਰਖਾ ਤੋਂ ਬਚ ਕੇ ਰਹੋ, ਉਹ ਪਰਮੇਸ਼ਵਰ ਦਾ ਨਾਮ ਜਪੋ, ਉਹ ਨਾਮ ਦੇ ਸਦਕੇ ਹੀ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੁੰਦਾ।